ਅੱਧੀ ਤੂੰ ਭਿੱਜ ਗਈ ਅੱਧੀ ਭਿੱਜ ਗਏ ਯਾਰ ਬਗਾਨੇ ਨੀ ਵਾਟਰਫਾਲ ਦੇ ਥੱਲੇ ਸੈਮ ਦੇ ਨਾਲ ਅਸੀਂ ਕੀ ਕਹਿੰਦੇ ਹੁੰਦੇ ਆਪਾਂ ਇਹਨੂੰ ਫੋਰਨ ਦੀ ਡਿਗਰੀ ਕਿੱਥੋਂ ਲਈ ਆ ਉਹਦਾ ਕਿਸੇ ਹੋਰ ਨੇ ਲੁੱਟਿਆ ਕਾਮਯਾਬ ਹੋਵਾਂਗੇ ਕਾਮਯਾਬ ਇੱਕ ਦਿਨ ਮਨ ਮੇ ਹੈ ਵਿਸ਼ਵਾਸ ਪੂਰਾ ਹੈ ਵਿਸ਼ਵਾਸ ਹੋਵਾਂਗੇ ਕਾਮਯਾਬ ਇੱਕ ਦਿਨ ਸਪੈਸ਼ਲ ਗਾਣਾ ਵੀਰਪਾਲ ਦੇ ਲਈ ਲੋ ਜੀ ਸਾਡੇ ਗਾਈਡ ਨੇ ਆਗ ਬਾਲਤੀ ਹੁਣ ਇਹਨੂੰ ਫੁੱਲ ਪੱਤੀਆਂ ਦੇ ਨਾਲ ਸਜਾਇਆ ਜਾ ਰਿਹਾ ਵੀਰਪਾਲ ਦੀ ਅਰਥੀ ਹੈ ਅੱਜ ਤੱਕ ਸਾਰੇ ਕੰਮ ਆਪਦੀ ਜ਼ਿੰਦਗੀ ਨੂੰ ਵੀ ਅੱਗ ਲਾਉਣ ਵਾਲੇ ਕੀਤੇ ਨੇ ਅੱਗ ਤਾਂ ਬਹੁਤ ਚੰਗੀ ਤਰ੍ਹਾਂ ਲਾ ਦੂੰ ਬਣਾ ਦੀਏ ਫਿਰ ਬਣਾ ਦਿਓ ਇੱਕ ਨੰਬਰ ਨਹੀਂ ਪਹਿਲਾਂ ਬਣਾਓ ਆਪਣੇ ਅਭੀ ਡਾਲੋ ਫਿਰ ਬਣਾਉਣਾ ਵੀ ਨੇਰਾ ਹੋ ਚੁੱਕਿਆ ਬਸ ਲਗਭਗ 2-3 ਮਿੰਟ ਦੇ ਵਿੱਚ ਤੇ ਬਸ ਹੋ ਚੁੱਕੀ ਆ ਤੇ ਰਾਸਤਾ ਐਂ ਲੱਗਦਾ ਵੀ ਆਹ ਮੁੜ ਮੁੜ ਕੇ ਖਤਮ ਹੋ ਜੂ ਪਰ ਹੋ ਹੀ ਨਹੀਂ ਰਿਹਾ ਪਰ ਵੀ ਇੱਕ ਨੰਬਰ ਦੇਖ ਲਓ ਜਿਹੜਾ ਦੇਖਣਾ ਅਗਲੀ ਵਾਰ ਆਉਣ ਦੀ ਛੇਤੀ ਕਿਸੇ ਦੀ ਹਿੰਮਤ ਨਹੀਂ ਪੈਣੀ ਆਓ ਆਉਣਾ ਚਾਹੀਦਾ ਆਏਗਾ ਅੱਗੇ ਤੋਂ ਘਰ ਆਏਗਾ ਅੱਗੇ ਤੋਂ ਸ਼ਮਸ਼ੇਰ ਜੀ ਅਗਲੀ ਵਾਰ ਆਊਂਗਾ ਬਾਕੀ ਗੱਲ ਆ ਤੁਹਾਡਾ ਸਾਥ ਮਿਲਿਆ ਤਾਂ ਜ਼ਰੂਰ ਆਵਾਂਗੇ ਹਾਂਜੀ ਕੀ ਹਾਲ ਚਾਲ ਆ ਜੀ ਸਵਾਗਤ ਆ ਤੁਹਾਡੇ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਯਾਰ ਆਪਾਂ ਕਰਨ ਜਾ ਰਹੇ ਹਾਂ ਚੂਰਧਾਰ ਦਾ ਟਰੈਕ ਤਾਂ ਹੁਣ ਆਪਾਂ ਆਪਣੀ ਜਰਨੀ ਸਟਾਰਟ ਕਰਨ ਜਾ ਰਹੇ ਹਾਂ ਖਰੜ ਤੋਂ ਅੱਜ ਮੈਂ ਇਸ ਵਾਰ ਆਪਣੇ ਨਾਲ ਉਹਦੇ ਕਲਾਸਮੇਟਸ ਦੇ ਨਾਲ ਜਾ ਰਹੇ ਹਾਂ ਅਸੀਂ ਇੱਕ ਕਾਰ ਲੈ ਕੇ ਜਾ ਰਹੇ ਹਾਂ ਇੱਕ ਬਾਈਕ ਲੈ ਕੇ ਜਾ ਰਹੇ ਹਾਂ ਕਿਉਂਕਿ ਜਾਣੇ ਹੋ ਗਏ ਸੀਗੇ ਵੱਧ ਜਾਣੇ ਸੀਗੇ ਅਸੀਂ ਟੋਟਲ 6 ਤੇ ਕਾਰ 'ਚ ਪੂਰੇ ਆਉਣੇ ਨਹੀਂ ਸੀਗੇ ਤਾਂ ਕਰਕੇ ਆਪਾਂ ਲੈ ਕੇ ਜਾ ਰਹੇ ਹਾਂ ਨਾਲ ਇੱਕ ਬਾਈਕ ਤਾਂ ਹੁਣ ਉਹਨਾਂ ਨੂੰ ਚੱਕਣ ਜਾ ਰਹੇ ਹਾਂ ਉਹਨਾਂ ਦੇ ਫਲੈਟ ਤੋਂ ਤੇ ਬਸ ਫਿਰ ਉਹ ਤੋਂ ਬਾਅਦ 'ਚ ਆਪਾਂ ਚੱਲਦੇ ਹਾਂ ਵਲੌਗ ਥੋੜ੍ਹਾ ਥੋੜ੍ਹਾ ਘੱਟ ਬਣੂਗਾ ਇਸ ਵਾਰ ਪਰ ਪੂਰੀ ਇਨਫੋਰਮੇਸ਼ਨ ਦਿੱਤੀ ਜਾਊਗੀ ਕਿਉਂਕਿ ਮੈਂ ਇਹਨਾਂ ਨਾਲ ਕਦੇ ਵਲੌਗ ਬਣਾਇਆ ਨਹੀਂ ਤੇ ਮੇਰੇ ਕਲਾਸਮੇਟ ਨੇ ਥੋੜ੍ਹੀ ਥੋੜ੍ਹੀ ਸੰਗ ਲੱਗਦੀ ਹੈ ਬਣਾਉਣ ਦੇ ਵਿੱਚ ਹਾਲੇ ਕਿਸੇ ਨੂੰ ਪਤਾ ਵੀ ਨਹੀਂ ਕਿ ਮੇਰਾ ਯੂਟਿਊਬ ਚੈਨਲ ਆ ਦੇਖੋ ਦੱਸਦੇ ਹਾਂ ਕਿਸੇ ਤਰ੍ਹਾਂ ਬਣਾਵਾਂਗੇ ਵਲੌਗ ਤਾਂ ਜ਼ਰੂਰੀ ਆ ਬਣਾਉਣਾ ਇਨਫੋਰਮੇਸ਼ਨ ਦੇ ਦੇਵਾਂਗੇ ਤੁਹਾਨੂੰ ਸਾਰੀ ਅਤੇ ਕਹਿੰਦੇ ਟਰੈਕ ਕਾਫੀ ਸੋਹਣਾ ਤਾਂ ਆਪਾਂ ਚੂਰਧਾਰ ਟਰੈਕ ਕਰਨ ਜਾ ਰਹੇ ਹਾਂ ਤੁਹਾਨੂੰ ਦਿੰਦੇ ਹਾਂ ਸਾਰੀ ਇਨਫੋਰਮੇਸ਼ਨ ਅਤੇ ਆਪਾਂ ਨਿਕਲ ਚੁੱਕੇ ਹਾਂ ਉਰੋਂ ਪਹੁੰਚ ਗਏ ਆਪਾਂ ਸ਼ਿਵਜੋਤ ਦੇ ਕੋਲੋਂ ਚੱਕਣਾ ਉਹਨਾਂ ਨੂੰ ਆਹ ਦੇਖੋ ਆਪਾਂ ਟੰਗਿਆ ਵੀ ਸੋਹਣਾ ਲੱਗ ਰਿਹਾ ਹਾਲੇ ਤੇਲ ਵੀ ਭਰਾਉਣਾ ਯਾਰ ਹਵਾ ਭਰਨੀ ਇੱਕ ਟਾਇਰ ਦੇ ਵਿੱਚ ਵੀਰਪਾਲ ਜੀ ਬਾਏ ਬਾਏ ਜਾਂਦੇ ਜਾਂਦੇ ਇਹਨੂੰ ਮੋਹਾਲੀ ਛੱਡ ਕੇ ਜਾਣਾ ਹਾਂਜੀ ਵੀਰਪਾਲ ਹੁਣੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਨਾਲ ਸ਼ਮਸ਼ੇਰ ਹੋਣਾ ਦੇ ਨਾਲ ਤੇ ਨਾਲ ਅਕਸ਼ਤ ਜੀ ਫਰੋਮ ਹਿਮਾਚਲ ਚਲੋ ਵੀਰਪਾਲ ਜੀ ਲਾ ਦੋ ਜੋ ਬੋਲੇ ਸੋਹਣਿਹਾਲ ਸਤਿ ਸ੍ਰੀ ਅਕਾਲ ਆਹਦਾ ਠੰਡਾ ਸੀ ਯਾਰ ਕੋਈ ਇਹ ਨਾਲ ਚੱਕਣਾ ਹੁੰਦਾ ਨਾ ਫਿਰ ਸਾਡੇ ਕਨਾਲ ਦੇ ਬੰਦੇ ਨੂੰ ਅੱਧੀ ਰਾਤ ਨੂੰ ਤਾਰਿਆਂ ਚ ਕੋਈ ਦਿਖਦਾ ਕਹਿੰਦਾ ਫੋਟੋ ਖਿੱਚ ਕੇ ਰੱਖ ਲਈਏ ਕੀ ਦੇਖਿਆ ਵੀ ਤਾਰਿਆਂ ਚ ਬਾਬੇ ਦੇਖ ਕੇ ਤਾਰੇ ਉਹਨਾਂ ਨੂੰ ਬੁਲਾ ਲਓ ਕਿੱਥੇ ਉਹ ਮੈਂ ਯਾਰ ਅੱਗੇ ਨੇ ਮੈਨੂੰ ਐਂ ਲੱਗੀ ਜਾਂਦਾ ਅੱਗੇ ਨੇ ਰੋਂਗ ਸਾਈਡ ਜਾ ਰਹੇ ਨੇ ਦੇਖੀ ਆਹੀ ਨੇ ਫਾਈਨਲੀ ਸਾਡੇ ਬੰਦੇ ਨਿਕਲ ਲੱਗੇ ਨੇ ਮੋਟਰਸਾਈਕਲ ਲੈ ਕੇ ਹੁਣ ਇਹਨਾਂ ਨੂੰ ਐਂ ਕਹਿਣਾ ਭੁੱਲ ਗਏ ਵੀ ਤੁਸੀਂ ਜਾਂ ਤੁਸੀਂ ਮੂਹਰੇ ਰੱਖੋ ਜਾਂ ਅਸੀਂ ਮੂਹਰੇ ਰੱਖਾਂਗੇ ਨਾਲ ਨਾਲ ਚੱਲਿਓ ਵੀਰਪਾਲ ਜੀ ਤੁਸੀਂ ਗਾਈਡ ਨਹੀਂ ਕੀਤਾ ਇਹਨਾਂ ਨੂੰ ਅਸੀਂ ਗਾਈਡ ਕਰਨਾ ਭੁੱਲ ਗਏ ਜਨਾਬ ਹਾਂ ਫਿਰ ਗੱਲ ਤੇ ਗੱਲ ਲੈਣਾ ਪਹਿਲੀ ਸਮਝਦਾਰ ਸੀਗੇ ਹਾਂ ਅਗਲੇ ਕਹਿੰਦੇ ਸਾਡਾ ਟੂਰ ਗਾਈਡ ਇਸ ਵਾਰ ਵੀਰਪਾਲ ਆ ਠੀਕ ਹੈ ਵੀਰਪਾਲ ਹਾਂ ਜੀ ਹੈ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ ਅਸੀਂ ਚੱਲੇ ਹਾਂ ਚੂਰਧਾਰ ਹੈ ਕਿੰਨੇ ਕਿਲੋਮੀਟਰ ਦਾ ਟਰੈਕ ਆ ਜੀ 16 ਕਿਲੋਮੀਟਰ ਦਾ ਟਰੈਕ ਆ ਜੀ ਪਹਿਲਾਂ ਪੜਾਅ ਜਿਹੜਾ ਹੈਗਾ ਆਪਣਾ 6 ਕਿਲੋਮੀਟਰ ਦਾ ਹਾਂ ਪੜਾਅ ਨੇ ਇਹਦੇ ਵਿੱਚ ਹਾਂ ਜੀ 3 ਪੜਾਅ ਨੇ ਇਹਦੇ ਵਿੱਚ ਅੱਛਾ ਜੀ 3 ਪੜਾਅ ਨੇ ਹਾਂ ਜੀ ਇੱਕ ਨੂੰ ਪਹਿਲੇ ਤੀਸਰੀ ਕਹਿੰਦੇ ਨੇ ਠੀਕ
कंटिन्यू चले रहेंगे तो 5 घंटे कंटिन्यू चले रहे तो 5 घंटे अगर रेस्ट करके अगर आज सानू उठी रात रुक रहे हैं आपा उठी हां जी हां जी ठीक है जी ਹੁਣ ਵੀਰਪਾਲ ਜੀ ਤੁਹਾਨੂੰ ਅੱਗੇ ਟਾਈਮ ਟੂ ਟਾਈਮ ਗਾਈਡ ਕਰਨਗੇ ਠੀਕ ਹੈ ਵੀਰਪਾਲ ਜੀ ਸੈਮ ਜੀ ਹਾਂ ਜੀ ਹਾਂ ਤੁਸੀਂ ਚੁੱਪਚਾਪ ਬੈਠੇ ਹੋ ਕੀ ਹੋ ਗਿਆ ਬਿਮਾਰ ਲੱਗਦੇ ਹੋ ਥੋੜੇ ਥੋੜੇ ਜਾਂ ਯਾਦ ਆ ਰਹੀ ਆ ਨਹੀਂ ਨਹੀਂ ਯਾਦ ਸੂਟ ਵਾਲੀ ਮੈਡਮ ਜੀ ਦੀ ਫਾਊਂਟੇਨ ਤੇ ਵੀਡੀਓ ਬਣਾਉਣੇ ਹੁੰਦੇ ਹੋ ਫਾਊਂਟੇਨ ਨਹੀਂ ਐਪਰ ਵਾਟਰਫਾਲ ਤੇ ਦੁਬਾਰਾ ਬੋਲੋ ਵੀਰਪਾਲ ਜੀ ਕੀ ਗਿਆ ਸੀ बाकी दस्यो सच्ची है की होया साडे थोड़े जे गाइड साहब डाउन हो गए थोड़े गाइड साहब डाउन हो गए फाइनली उरे यार असीं पानी भरन वास्ते रुक गए सी बोतलां दे विच पानी मुक गया सी सैम जी पानी भरन गए ने साडे एक बंदे दी हालत खराब हो गई उल्टियां मार के सेकंड राउंड साडे बंदे दा की कहना चाहोगे सर सैम जी तो शर्ट दे बटन खोली बैठे ने बंबे वाला स्टाइल करी फिरदे ने ओ देखिया तू किसी दे बाहर ले आंदे व्लॉग लोग दे विच उन्ना ओ उत्ते वाले दो तीन बटन खोल के बैठदे ऊ तेरे ठंड लगी हुई है देखे नाले आया करी जांदा नाले शर्ट दे बटन धर तक खोली बैठा अगे तो समझा थोड़ा जा भाई नवी जवानी है कि राणी की गल कर रहा रात की राणी बूटे की गल कर रहा जो मेरे फ्लैट के बाहर नहीं रखे हुए सारी रात की राणी ही ने किथे गया ਤੇਰੇ ਖੋਰ ਸਾਥੀ ਨਾਲ ਐਡ ਹੋ ਗਿਆ ਉਹ ਹੀ ਤਾਂ ਕਹਿ ਰਿਹਾ ਸਾਲਾ ਹੱਸਦਾ ਸੀ ਮੇਰੇ ਤੇ ਤੁੰਨ ਦੋਵਾਂ ਸੀ ਹੁਣੇ ਕਰਦਾ ਸੀ ਹਾਂ ਇਦਾਂ ਆਓ ਤੁਸੀਂ ਆਰਾਮ ਨਾਲ ਤੁੰਨ ਦੋਵਾਂ ਨੂੰ ਬਾਈਕ ਤੇ ਭੇਜ ਦੀ ਓਏ ਪਾਣੀ ਦੇ ਦੋ ਪਾਣੀ ਪੂਣੀ ਦੋ ਵੀਰਪਾਲ ਮੈਂ ਨਾ ਪ੍ਰੋਮਿਸ ਕਰ ਰਿਹਾ ਕੀ ਕਰ ਰਿਹਾ ਕਿਸ ਕਾ ਬਾਸਕਟਬਾਲ ਸਿਖਾਣੀ ਹੈ ਆ ਪ੍ਰਭ ਨੂੰ ਅਸੀਂ ਬਾਸਕਟਬਾਲ ਸਿਖਾਵਾਂਗੇ ਨਾਲ ਸਟੇਟ ਵਾਲਾ ਸਰਟੀਫਿਕੇਟ ਲਿਆ ਕੇ ਰੱਖ ਉਹਨੂੰ ਐ ਜਿਵੇਂ ਰੱਖਦੇ ਨੇ ਸ਼ੋ ਕੇ ਸ਼ੰਗੂ ਮੂਰੇ ਰੱਖ ਕੇ ਇੱਟ ਪਿੱਛੇ ਇੱਟ ਲਾ ਕੇ ਫਿਰ ਸਿੱਖਣੀ ਆ ਦੇ ਤੋ ਗਰੂ ਜੀ ਤੁਸੀਂ ਵੀ ਸਿੱਖੋਗੇ ਹਾਂਜੀ ਐਨਬੀ ਸਿਲੈਕਸ਼ਨ ਹੋ ਜਾਣੀ ਥੋੜੀ ਓਏ ਯਾਰ ਬਸ ਇਹਨਾਂ ਨੇ ਇੰਨੀ ਨਹੀਂ ਕਰੀ ਦੇਣੀ ਬਸ ਠੀਕ ਆ ਕਿਸ ਦਿਨ ਸਿਖਾਏਗਾ ਐ ਦੱਸ ਦੇ ਕਦੋਂ ਸਿਖਾਏਗਾ ਦੇਖਣਾ ਕਿੱਦਾਂ ਸਿਖਾਉਣਾ ਚਿਰਾਗ ਜੀ ਠੀਕ ਹੋ सनराइज पूरा खतरनाक लग रहा है इधर साढ़े दो जने डाउन हो चुके ने ਸਾਊਂਡ ਦਾ ਸਟਾਈਲ ਦੇਖੋ ਇਹ ਮਨਾ ਰਹੇ ਨੇ ਅਸਲੀ ਆ ਸਾਡਾ ਬੰਦਾ ਉਲਟੀ ਮਾਰ ਕੇ ਹੋ ਗਿਆ ਸੈੱਟ
ਹੁਣ ਸੈੱਟ ਹੈ ਕੰਮ ਹੁਣ ਸੈੱਟ ਉਹ ਪਤਾ ਨਹੀਂ ਕਿੰਨੀ ਤੇਜ਼ ਗਏ ਹਨਾ ਕਾਫੀ ਅੱਗੇ ਨਿਕਲ ਗਏ ਬਦੰਦਰ ਕਾਫੀ ਅੱਗੇ ਨਿਕਲ ਗਏ ਸਾਡੀ ਫਾਈਨਲ ਡੈਸਟੀਨੇਸ਼ਨ ਯਾਰ ਜਿੱਥੋਂ ਟਰੈਕ ਸਟਾਰਟ ਹੋਣਾ ਸਾਡੇ ਤੋਂ 20 ਕਿਲੋਮੀਟਰ ਰਹਿ ਗਈ ਹੁਣ ਉਰੇ ਵਿੱਚ ਰੁਕੇ ਹਾਂ 2 ਮਿੰਟ ਬ੍ਰੇਕ ਲਈ ਆ ਸਾਡਾ ਬੰਦਾ ਇੱਕ ਸੈੱਟ ਨਹੀਂ ਹੈਗਾ ਆਸੇ ਪਾਸੇ ਜੰਗਲ ਹੀ ਜੰਗਲ ਪਿੱਛੇ ਯਾਰ ਸਨਰਾਈਜ਼ ਇੰਨਾ ਜ਼ਿਆਦਾ ਘੈਂਟ ਹੋਇਆ ਸੀ ਦੱਸ ਨਹੀਂ ਸਕਦੇ ਤੁਹਾਨੂੰ ਰਸਤਾ ਬਹੁਤ ਜ਼ਿਆਦਾ ਸੋਹਣਾ ਯਾਰ ਉਰੇ ਦਾ ਨਜ਼ਾਰਾ ਆ ਗਿਆ ਔਰ ਇੱਧਰ ਨੂੰ ਆ ਕੇ ਵੀ ਰਸਤਾ ਬਹੁਤ ਜ਼ਿਆਦਾ ਘੈਂਟ ਆ ਸਾਡਾ ਬੰਦਾ ਗੇੜੇ ਕੱਢਦਾ ਹੋਇਆ ਆਹ ਸਾਰੇ ਕਿਤੇ ਆਹੀ ਦਰਖਤ ਜਿਹੇ ਨੇ ਯਾਰ ਬਹੁਤ ਜ਼ਿਆਦਾ ਘੈਂਟ ਲੱਗ ਰਹੇ ਨੇ ਹੁਣ ਚੱਲੀਏ ਇੱਕ ਮੋਟਰਸਾਈਕਲ ਵਾਲੇ ਜਿਹੜੇ ਸੀਗੇ ਸਪਲੈਂਡਰ ਦੇ ਉਹ ਸਾਡੇ ਤੋਂ ਥੋੜ੍ਹੇ ਅੱਗੇ ਚਲੇ ਗਏ ਉਹ 5 ਕਿਲੋਮੀਟਰ ਅੱਗੇ ਨੇ ਸਾਡੇ ਤੋਂ ਇੱਕ ਅੱਗੇ ਹੋਰ ਜਾ ਕੇ ਵਿਲੇਜ ਆਉਂਦਾ ਉਹ ਉੱਥੇ ਰੁਕਣਗੇ ਉੱਥੇ ਮਿਲਦੇ ਆ ਉਹਨਾਂ ਨੂੰ ਅਤੇ ਹੁਣ ਆਪਾਂ ਵੀ ਪੁੱਛਦੇ ਹਾਂ ਉਹਦਾ ਹਾਲ ਚਾਲ ਅਤੇ ਫਿਰ ਚੱਲਦੇ ਹਾਂ ਦੋ ਤਿੰਨ ਚਾਹ ਬੜੀ ਅਜੀਬ ਲੱਗ ਰਹੀ ਹੈ ਤੂੰ ਮੇਰੇ ਕੇ ਖਾਲਾ ਨਾਲ ਹੋਰ ਆਹੀ ਬੱਕਰੀ ਦਾ ਦੁੱਧ ਹੀ ਆ ਪਾਣੀ ਨਾਲ ਹੀ ਲੈ ਲਾ ਸਪਰਾਈਟ ਜਾਂ ਪਾਣੀ ਨਾਲ ਹੀ ਚੱਲਣਗੇ ਪਾਣੀ ਨਾਲ ਫਿਰ ਠੀਕ ਆ ਸੈਮ ਜੀ ਡਾਈਟ ਲੈਂਦੇ ਹੋਏ ਲੈ ਲਾ ਡਾਈਟ ਦੋ ਚਾਰ ਟੋਫੀਆਂ ਵੀ ਲੈ ਲਾ ਵੀਰਪਾਲ ਜੀ ਕਹਿੰਦੇ ਮੈਂ ਸਪਰਾਈਟ ਨਾਲ ਲਾਉਣਾ ਸਾਰਥਕ ਤੋਂ ਸਿੱਖ ਕੇ ਆਇਆ ਛੇਤੀ ਛੇਤੀ ਵਿਆਹ ਪੱਕਾ ਜਵਾਕ ਵੀ ਪੱਕਾ ਔਰੇ ਆਪਾਂ ਲਾਤੀ ਗੱਡੀ ਤੇ ਹੁਣ ਜਾਣ ਲੱਗੇ ਸਾਰੇ ਜਾਣੇ ਪਾਣੀ ਭਰ ਲਓ ਵੀ ਸਾਰਥਕ ਕਟੱਪਾ ਜਵਾਕ ਨੇ ਤੇ ਫਿਰ ਬਾਪੂ ਦੇਖੋ ਸੈਮ ਜੀ ਨੇ ਕਿਹਾ ਕਟੱਪਾ ਕਟੱਪਾ ਪਸੰਦ ਆਇਆ ਵੀਰਪਾਲ ਨੂੰ ਦੇਖ ਨਾਮ ਸੈਮ ਦਾ ਲਾ ਰਿਹਾ ਪਸੰਦ ਆਪ ਨੂੰ ਆਇਆ ਸੈਮ ਹੀ ਵੱਢਣਾ ਸੀ ਬਸ ਠੀਕ ਆ ਠੀਕ ਆ ਉਹਦੇ ਕਰਨੇ ਡਕਰੇ ਚਾਰ ਚਾਰ ਦੇ ਚਲੋ ਚਲੋ ਹਲੇ ਤਾਂ ਟਾਈਮ ਕਿੰਨਾ ਹੋਇਆ 9:20 ਮੇਰੀ ਘੜੀ ਗਲਤ ਆ ਮੇਰੀ ਹੈ ਬਸ ਠੀਕ ਆ 9:20 ਹੋ ਚੁੱਕੇ ਸੈਮ ਹੁਣਾਂ ਨੂੰ ਸਮਝ ਨਹੀਂ ਆ ਰਿਹਾ ਕੀ ਕਰਨ ਕਦੇ ਕੋਟੀ ਕੁਛ ਕਰ ਲੈਂਦੇ ਨੇ ਤੇ ਕਦੇ ਉਹਦਾ ਕੁਛ ਕਰ ਲੈਂਦੇ ਨੇ ਇੱਕ ਵਾਰ ਪਾਣੀ ਪਿਆ ਦੀ ਕਰੋ ਓਏ ਅਰਦਾਸ ਅਰਦਾਸ ਛੱਡੋ ਫਟਾਫਟ ਚਲੋ ਮੱਥਾ ਟੇਕ ਕੇ ਪਾੜੇ ਚਲੋ ਚਲੋ ਜੀ ਚਲੋ 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 ਚਲ 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 ਲਓ ਜੀ ਫਾਈਨਲੀ ਚੱਲਿਆ ਨੂੰ 15-20 ਮਿੰਟ ਹੋ ਚੁੱਕੇ ਉਹ ਆ ਰਹੇ ਨੇ ਸਾਹਮਣੇ ਆਪਣੇ ਨਾਲ ਦੇ ਬੰਦੇ ਵੀਰਪਾਲ ਤੇ ਗੌਰਵ ਰਾਣਾ ਜੀ ਪਹੁੰਚ ਚੁੱਕੇ ਸਾਨੂੰ ਸਾਡੇ ਇੱਕ ਬੰਦੇ ਦਾ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਵੀਰਪਾਲ ਸਿੰਘ ਦਾ ਬਾਕੀ ਬੰਦੇ ਆ ਗਏ ਗਾਣੇ ਬੰਦ ਕਰੀ ਇੱਕ ਮਿੰਟ ਬੰਦ ਕਰੀ ਬੰਦ 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 ਕਰੀ ਕੀ ਲੱਗ ਰਿਹਾ ਆਪਣਾ ਬੰਦਾ ਪਹੁੰਚ ਜਾਂ ਨਹੀਂ ਪਹੁੰਚ ਤੁਸੀਂ ਕਮੈਂਟ ਕਰਕੇ ਦੱਸਿਓ ਹੁਣੀ ਜਿਹਨੂੰ ਜਿਹਨੂੰ ਦਿਖਾਵਾਂਗੇ ਹੁਣ ਤੁਹਾਤੋਂ ਕੁਸ਼ਚਨ ਪੁੱਛ ਰਹੇ ਹਾਂ ਜਿਹਨੂੰ ਜਿਹਨੂੰ ਵੀਡੀਓ ਦਿਖਾਵਾਂਗੇ ਕਿ ਵੀਰਪਾਲ ਪਹੁੰਚੂ ਜਾਂ ਨਹੀਂ ਇਹ ਹਾਲੇ ਤੱਕ ਸਾਡੇ ਲਈ ਸਸਪੈਂਸ ਆ ਤੈਨੂੰ ਕੀ ਲੱਗਦਾ ਮੈਨੂੰ ਵੀ ਨਹੀਂ ਲੱਗਦਾ ਪਹੁੰਚੂਗਾ ਤੇ ਚਿਰਾਗ ਦਾ ਕੀ ਲੱਗਦਾ ਉਹ ਪਹੁੰਚੂਗਾ ਹਾਂ ਬਾਕੀ ਸਾਰੇ ਪਹੁੰਚ ਜਾਣਗੇ ਮੁੰਡੇ ਦੇ ਐਂਕਲ 'ਚ ਸੱਟ ਲੱਗੀ ਫਾਈਨਲੀ ਅਸੀਂ ਉਰੇ ਰੈਸਟ ਕਰ ਰਹੇ ਹਾਂ ਸਾਡੇ ਬੰਦੇ ਆ ਰਹੇ ਨੇ
ਹਲੇ ਨੀਚੇ ਨੇ ਕਾਫੀ ਵਿਊ ਦੇਖੋ ਕਿੰਨਾ ਖਤਰਨਾਕ ਆ ਕਿਵੇਂ ਲੱਗਿਆ ਵੀ ਪਸੀਨਾ ਪਸੀਨੀ ਹੋਇਆ ਹੋਇਆ ਮੁੰਡਾ ਬੁਰੀ ਹਾਲਤ ਹੋ ਗਈ ਬੁਰੀ ਹਾਲਤ ਹੋ ਗਈ ਹਲੇ ਤਾਂ ਹਾਂ ਗਰਮੀ ਕਾਫੀ ਆ ਨਾ ਧੁੱਪ ਬਹੁਤ ਜ਼ਿਆਦਾ ਕੈੜੀ ਲੱਗ ਰਹੀ ਆ ਹੁਣ ਦੋ ਮਿੰਟ ਪਾਣੀ ਪੂਣੀ ਪੀਏ ਤੇ ਫਿਰ ਅੱਗੇ ਚੱਲੀਏ ਕਾਮਯਾਬ ਇੱਕ ਦਿਨ ਮਨ ਮੇ ਹੈ ਵਿਸ਼ਵਾਸ ਪੂਰਾ ਹੈ ਵਿਸ਼ਵਾਸ ਹੋਵਾਂਗੇ ਕਾਮਯਾਬ ਇੱਕ ਦਿਨ ਸਪੈਸ਼ਲ ਗਾਣਾ ਵੀਰਪਾਲ ਦੇ ਲਈ ਡੈਡੀਕੇਟ ਕਰਕੇ ਕਿ ਵੀਰਪਾਲ ਉੱਤੇ ਤੱਕ ਆ ਜਾਵੇ ਇੰਪੋਰਟੈਂਟ ਕਾਲ ਤੇ ਕਿੰਨੇ ਆਉਂਦੇ ਨੇ ਬਾਬੇ ਦਾ ਫੋਨ ਆ ਗਿਆ ਤੋ ਮਿੱਠੀਆਂ ਓਹੋ ਉਹਦਾ ਕਿਸੇ ਹੋਰ ਨੇ ਲੁੱਟਿਆ ਓਹੋ ਫਾਈਨਲੀ ਅਸੀਂ ਵਾਈਲਡ ਲਾਈਫ ਸੈਂਚਰੀ ਕੋਲ ਆ ਚੁੱਕੇ ਹਾਂ ਸਾਹਮਣੇ ਵਾਈਲਡ ਲਾਈਫ ਸੈਂਚਰੀ ਦਾ ਗੇਟ ਸਹੀ ਆ ਓਏ ਆ ਜਾਓ ਤਿੰਨ ਬੰਦੇ ਪਹਿਲਾਂ ਦੋ ਦੋ ਸੀ ਹੁਣ ਤਿੰਨ ਤਿੰਨ ਹੋ ਗਏ ਇੱਕ ਕੰਮ ਇਹਨਾਂ ਨੇ ਘੈਂਟ ਕੀਤਾ ਹੋਇਆ ਯਾਰ ਜਿਹੜੇ ਆਹ ਵਿੱਚ ਬਣਾਏ ਹੋਏ ਨੇ ਹਨਾ ਆਪਣੇ ਸਾਥੀ ਵੀਰਪਾਲ ਆ ਕੇ ਬੈਠੂ ਹੋਰ ਉਹਦੇ ਵਾਸਤੇ ਆ ਸਪੈਸ਼ਲ ਕੀ ਹੋ ਗਿਆ ਲੱਕ ਲੱਕ ਦੇ ਹੱਥ ਰੱਖ ਲਿਆ ਡੋਂਟ ਯੂਜ਼ ਅਬਿਊਜ਼ਿਵ ਲੈਂਗੁਏਜ ਸ਼ਮਸ਼ੀਰ ਦੀ ਜਾਗਤ ਗਿਰ ਗਈ ਸੀ ਲਓ ਜੀ 12:20 ਹੋਏ ਨੇ ਤੇ ਅਸੀਂ ਪਹੁੰਚ ਚੁੱਕੇ ਹਲੇ ਘੋੜੇ ਵਾਲਾ ਕਹਿ ਰਿਹਾ ਸੀ 1 ਵਜੇ ਪਹੁੰਚੋਗੇ ਹਨਾ 12:20 ਤੇ ਪਹੁੰਚ ਗਏ ਹੁਣ ਸਾਡੇ ਨਾਲ ਦੇ ਦੇਖਦੇ ਹਾਂ ਕਦੋਂ ਪਹੁੰਚਦੇ ਨੇ 2 ਵਜੇ ਵੀ ਆ ਜਾਣ ਤਾਂ ਵਧੀਆ ਗੱਲ ਆ ਫਾਈਨਲੀ ਅਸੀਂ ਯਮੁਨਾ ਪਹੁੰਚ ਗਏ 12:20 ਤੇ ਪਹੁੰਚ ਗਏ ਸੀ ਅਸੀਂ ਅੱਗੇ ਪੁੱਛਿਆ 100 ਰੁਪਏ ਦੀ ਰਾਜਮਾਂਹ ਦੀ ਪਲੇਟ ਆ ਜੇ ਖਾਣੀ ਆ ਕਿਸੇ ਨੇ 60 ਦੀ ਹਾਫ ਆ ਯਾਦ ਰਹੂਗਾ ਆਪਾਂ ਨੂੰ ਤੇ ਉਰੇ 250 ਰੁਪਇਆ ਲੈਂਦੇ ਨੇ ਜੇ ਵੀਰਪਾਲ ਜੀ ਮੰਨੇ ਤਾਂ ਵੀਰਪਾਲ ਜੀ ਨੂੰ ਉਰੇ ਸਵਾ ਕੇ ਜਾਵਾਂਗੇ ਹਾਂ ਹਾਂ ਵਧੀਆ ਕੰਬਲ ਹੈਗੇ ਨੇ ਉੱਥੇ ਲੱਗਿਆ ਹੋਇਆ ਪਾਣੀ ਵਾਲੀ ਟੈਂਕੀ ਜੇ ਕਿਸੇ ਨੇ ਪਾਣੀ ਪੀਣਾ ਉਹ ਕੰਫਰਟ ਸੀਟਾਂ ਵੀ ਲੱਗੀਆਂ ਹੋਈਆਂ ਨੇ ਵੀ ਸੁਬਾਹ ਔਖਾ ਨਾ ਹੋਵੇ ਉਹਨੂੰ ਕਹਿਣਾ ਸਵੇਰੇ 3 ਵਜੇ ਉੱਠ ਕੇ ਫਰੈਸ਼ ਹੋ ਲਈ ਵੀ ਕੋਈ ਦੇਖੇ ਨਾ ਨਹੀਂ ਆਹ ਦੇਖੇ ਇੱਧਰ ਵੀ ਬਣਿਆ ਹੋਇਆ ਕੋਠਾ ਅਤੇ ਹੁਣ ਉਹਨਾਂ ਦੇ ਆਉਣ ਦੀ ਵੇਟ ਕਰਦੇ ਹਾਂ ਉਨਾ ਟਾਈਮ ਅਸੀਂ ਸੋਚਿਆ ਕਿ ਦੋਵੇਂ ਜਾਣੇ ਸੌਂ ਜਾਈਏ ਦੇਖੋ ਉਹ ਕਦੋਂ ਆਉਂਦੇ ਨੇ 12:20 ਹੋਏ ਨੇ ਉਹ ਦੇਖੋ ਕਦੋਂ ਪਹੁੰਚਦੇ ਨੇ ਹੁਣ ਆਪਾਂ ਸੌਂਈਏ ਥੋੜ੍ਹਾ ਟਾਈਮ ਸਰ ਉਹਨਾਂ ਦੇ ਆਏ ਤਾਂ ਦੇਖਦੇ ਹਾਂ ਜੇ ਮੈਗੀ ਬਣ ਜੇ ਤਾਂ ਬਹੁਤ ਵਧੀਆ ਗੱਲ ਆ ਲਓ ਜੀ ਫਾਈਨਲੀ ਹੋ ਗਿਆ ਸੈਟਅਪ ਸੈੱਟ ਮੈਗੀ ਬਣਨ ਦਾ ਤਿਆਰ ਆਹ ਸਾਡਾ ਜਾਦੂ ਮੰਤਰ ਇਹਨੂੰ ਚਾਹੇ ਜੋ ਮਰਜ਼ੀ ਸਮਝ ਲਓ ਚਾਹੇ ਘਰ ਦੀ ਗੱਡੀ ਸਮਝ ਲਓ ਚਾਹੇ ਪੈਟਰੋਲ ਤਾਂ ਹੈ ਨਹੀਂ ਦੇਖੋ ਇਹ ਹਾਂ 2 ਗੱਡੀ ਛੱਡਿਆਂ ਦੇ ਵਾਹ ਬੇਟੇ ਮੌਜ ਕਰਦੀ ਵਾਹ ਬੇਟੇ ਮੌਜ ਕਰਦੀ ਚੱਲ ਕੋਈ ਨਾ ਜਿੰਨੇ ਵੀ ਨੇ ਨਾਂ ਨਾਲੋਂ ਕੁਛ ਤਾਂ ਠੀਕ ਆ ਬਾਕੀ ਚੋਲਾਂ ਜੀ ਪਲੇਟ ਖਾਣਾਗੇ ਭਰ ਕੇ ਚਲੋ ਵੀ ਚੱਕ ਲਿਆ ਓਏ ਆ ਜਾ ਪੁੱਤਰ ਆ ਜਾਓ ਲੋ ਜੀ ਸਾਡੇ ਗਾਈਡ ਨੇ ਅੱਗ ਬਾਲਤੀ ਹੁਣ ਇਹਨੂੰ ਫੁੱਲ ਪੱਤੀਆਂ ਦੇ ਨਾਲ ਸਜਾਇਆ ਜਾ ਰਿਹਾ ਵੀਰਪਾਲ ਦੀ ਅਰਥੀ ਆ ਵੀਰਪਾਲ ਦੀ ਅਰਥੀ ਹੈ ਸਾਰੇ ਨੇ ਇੱਥੋਂ ਕੱਢਾਂਗਾ ਮੈਂ ਪਹਿਲੇ ਉਹ ਸਾਡੇ ਦੋ ਬੰਦੇ ਪਾਣੀ ਭਰ ਕੇ ਲਾ ਰਹੇ ਮੈਗੀ ਬਣਾਵਾਂਗੇ ਹੁਣ ਆਪਾਂ ਇੱਥੇ ਆ ਕੰਮ ਵਧੀਆ ਕਰ ਗਿਆ ਨਾ ਜਿਹੜਾ ਮੈਂ ਕਿਹਾ ਸੀ ਆ ਆਪਾਂ ਲੈ ਕੇ ਆਇਆ ਜਲਵਾ ਹਾਂ ਦੇਖ ਅੱਗ ਕਿਉਂ ਮਿੰਟ ਮਿੰਟ ਅਬੇ ਜਿਸ ਮਾਰਾ ਹੋਗਾ ਲੰਚ ਕੱਟ ਦੇ ਇਹਨੂੰ ਕਹਿ ਰਹੇ ਸੀ ਪਹਿਲਾਂ ਉਰੇ ਤੁਰਨ ਤੋਂ ਕਿ ਆਪਣੇ ਕੋਲ ਕੁਛ ਹੈ ਨਹੀਂ ਅੱਗ ਲਾਉਣੀ ਬਹੁਤ ਔਖੀ ਹੋਊਗੀ ਨਾ ਗੰਨ ਆ ਫਲੇਮ ਵਾਲੀ ਇਸ ਕਿ ਆਪ ਮੈਂ ਕਿਹਾ ਆਪਦੀ ਜ਼ਿੰਦਗੀ ਨੂੰ ਵੀ ਅੱਜ ਤੱਕ ਅੱਗ ਹੀ ਲਾਈ ਆ ਅੱਗ ਤਾਂ ਬਹੁਤ ਚੰਗੀ ਤਰ੍ਹਾਂ ਲਾ ਦੂੰਗਾ ਟੈਨਸ਼ਨ ਨਾ ਲਓ ਅੱਜ ਤੱਕ ਸਾਰੇ ਕੰਮ ਆਪਦੀ ਜ਼ਿੰਦਗੀ ਨੂੰ ਵੀ ਅੱਗ ਲਾਉਣ ਵਾਲੇ ਕੀਤੇ ਨੇ
ਅੱਗ ਤਾਂ ਬਹੁਤ ਚੰਗੀ ਤਰ੍ਹਾਂ ਲਾ ਦੂੰ, ਲੱਕੜ ਤਾਂ ਬਹੁਤ ਛੋਟੀ ਚੀਜ਼ ਆ, ਪੰਗੇ ਲੈਣ ਦੀ ਆਦਤ ਤਾਂ ਪਹਿਲਾਂ ਤੋਂ ਹੀ ਆ, ਅੱਗ ਅੱਗ ਤਾਂ ਮਾਰਦੀ ਆ ਲਾਟਾਂ, ਉਹ ਤਾਂ ਪਾਣੀ ਨੀ ਭਰ ਕੇ ਲਿਆ ਜਾਂਦਾ ਗਿਆ ਜਾਏਗੀ ਉਹ ਤਾਂ ਬਚਦਾ, ਚਾਹੇ ਆਪ ਆ ਕੇ ਲਿਟ ਜਾਓ, ਇੰਨੀ ਤੇਜ਼ ਹੋਈ ਪਈ ਆ। अपने दो सर्वेंट पीछे इनकी आवाज सुनाई देती हुए देखो वो आए, वो तुरदे पे ओए बीच जंगला बीच ए ए गाइड भी पहुंच चुके असिस्टेंट आ रहा को गाइड आ रहा एक बजे पक्की गल खांदे ने की हो गया मेरे टेस्ट बड़े खराब हो गए हो जाता कोई ना कद कद कां की लभदा फिरदा उत्थे अग च ना जल जी साथी सत वख हो गया हुण उत्थे रूम दवाया है ते साडा मेन गाइड हेठा रह गया साडा मेन गाइड हेठा रह गया हुण असीं है किहदा सारी वीडियो तेरा यूट्यूब चैनल मैनूं तां दस्सिया नहीं कदे एक ही वीडियो डाली थी 1000 व्यू आए थे उसके बाद नहीं डाली एक की नाम तो गेमिंग जोन गेम खेलता हूं ना केड़ी कोई भी डाल देता था ठीक है हुन तो कहना एक पाई सी हुन कोई भी डाल दंदा ठीक है YouTube बनो फिर तो तुसी तगड़े हैं एडिट तो आप ही कर ली वीडियो दे दूंगा मैं एडिटर पीछे चला है मेरे पास केड़ा एडिटर चिराग मैनु अज पता लग गया भाई साहब का यूट्यूब चैनल आ चिराग का भी है चिराग जी किस नाम तो किस नाम तो चिराग चिराग किस नाम तो कि असी देखिए तेरे मिलियन होने उत्ते जाके चिराग चिराग हो जाए की नाम तो दस दे ठीक है ਕਾਦੀਆ ਵੀਡੀਓ ਪਾਉਣਾ ਹੁੰਦਾ ਹੈ ਕਿਸ ਚੀਜ਼ ਦੀਆਂ ਵੀਡੀਓ ਪਾਉਂਦਾ ਫਿਰ ਅੱਜ ਬਣਾਈ ਤਾਂ ਹੈ ਨਹੀਂ ਅਬ ਛੋੜ ਦਿਆ ਸ਼ੌਕ ਛੋੜ ਦਿਆ ਸਹੀ ਹੈ ਸੈਮ ਹੁਣੀ ਆ ਚੁੱਕੇ ਨੇ ਸੈਮ ਹੁਣਾਂ ਦਾ ਸਵਾਗਤ ਹੁੰਦਾ ਹੋਇਆ चलो जी कितने सिट गया बस सिटया गया हम तो ना सिटया गया याद हो कोई किथे लाया किथे की कीता ते जाके लिया राणा रुक मिले ही नहीं मेनू मैं तो नाल बहुत तेज आया मैं तो भज के आया सी मैं देखिए कितना भज्जा जांदा प्रैक्टिस कर ले थोड़ी ओदे ग्रेट लेक्स दे ट्रैक दी ओ किन्ना हां ओ किन्ना 3-4 दिन का ट्रैक है आप हां केड़ा द ग्रेट लेक्स कश्मीर इंडिया का सब तो सोहना ट्रैक पहुंचे सैकिट वाली शॉप्स के कोल हाल है यो यो हनी सिंह बदकाला है
ਸਹਿਬ ਜੀ ਕੀ ਕਹਿਣਾ ਚਾਹੋਗੇ ਉਰੇ ਤੱਕ ਆ ਕੇ ਕਿਵੇਂ ਲੱਗਿਆ? ਔਖਾ ਬਹੁਤ ਘੈਂਟ ਆ ਵੀਰਪਾਲ ਦਾ ਦੁੱਖ ਉਹਦਾ ਤਾਂ ਯਾਰ ਬਹੁਤ ਜ਼ਿਆਦਾ ਦੁੱਖ ਆ ਕਦੇ ਨਾ ਪੂਰੀ ਹੋਣ ਵਾਲੀ ਕਮੀ ਆ ਜਿਹੜੀ ਵੀਰਪਾਲ ਦੇ ਗਿਆ ਸਾਨੂੰ ਅੱਧ ਰਸਤੇ ਘੈਂਟ ਆ ਉਰੇ ਫੋਟੋ ਘੈਂਟ ਆਊਗੀ ਜਮਾਂ ਬਹੁਤ ਜ਼ਿਆਦਾ ਤਗੜੀ ਚੱਲ ਰਹੀ ਆ ਪਰ ਵਿਊ ਖਤਰਨਾਕ ਆ ਜਮਾਂ ਨਜ਼ਾਰਾ ਆ ਗਿਆ ਕਰਨਾ ਵੀ ਜਿਹਨੇ ਆਪਦਾ ਫੋਟੋ ਸ਼ੂਟ ਕਰਨੀ ਸਹਿਬ ਜੀ ਆ ਰਹੇ ਨੇ ਨਜ਼ਾਰੇ ਹਾਂਜੀ ਜੀ ਹਾਂਜੀ ਚਾਹ ਕਹਿ ਤੀ ਹੁਣ ਚਾਹ ਪੀਂਦੇ ਹਾਂ ਫਿਰ ਚੱਲਦੇ ਹਾਂ ਦੋ ਢਾਈ ਘੰਟੇ ਦਾ ਰਸਤਾ ਉੱਪਰ ਆ ਖਿੱਚ ਕੇ ਚੱਲਾਂਗੇ ਫੋਨ ਵੀ ਹੱਥ 'ਚ ਸੁੱਟ ਰਿਹਾ ਇੰਨੀ ਜ਼ਿਆਦਾ ਤੇਜ਼ ਆ ਵਾ ਪਤਾ ਨਹੀਂ ਆਵਾਜ਼ ਰਿਕਾਰਡ ਹੋ ਰਹੀ ਆ ਪਤਾ ਨਹੀਂ ਨਹੀਂ ਚਾਹ ਪੀ ਕੇ ਨਜ਼ਾਰਾ ਆ ਗਿਆ ਅੰਦਰ ਨਿੱਘ ਤਾਂ ਹੋਰ ਆ ਰਿਹਾ ਪਹਾੜ ਵੀ ਖਤਰਨਾਕ ਆ ਰਹੇ ਨੇ ਵਿਊ ਵੀ ਖਤਰੋਂ ਕੇ ਖਿਲਾੜੀ ਬਣ ਜਾਓ ਚੱਲ 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 ਚਲੋ ਹੋ ਗਿਆ ਹੋ ਗਿਆ ਹੋ ਗਿਆ ਸਾਡੇ ਖਿਲਾੜੀ ਪਿੱਛੇ ਰਹਿ ਗਿਆ ਮੇਨ ਕ੍ਰਿਕਟ ਦਾ ਪਲੇਅਰ ਤਾਂ ਪਿੱਛੇ ਰਹਿ ਗਿਆ ਜਾਦੂ ਬਣਿਆ ਆਉਂਦਾ ਜਾਦੂ ਬਸ ਜ਼ਿਆਦਾ ਨਹੀਂ ਰਿਹਾ ਬਸ ਆਹ ਜਿਹੜਾ ਸਾਹਮਣੇ ਪਹਾੜ ਆ ਉਹ ਪਹਾੜ ਕ੍ਰੋਸ ਕਰਨਾ ਜ਼ਿਆਦਾ ਨਹੀਂ ਹੈਗਾ ਉਸ ਬਸ ਸਾਹਮਣੇ ਦਾ ਪਹਾੜ ਕ੍ਰੋਸ ਕਰਨਾ ਜ਼ਿਆਦਾ ਨਹੀਂ ਹੈਗਾ ਜ਼ਿਆਦਾ ਨਹੀਂ ਹੈਗਾ ਬਸ ਉਰੋਂ ਐਂ ਸਿੱਧਾ ਜਾ ਕੇ ਉਹ ਉੱਪਰ ਮੰਦਰ 'ਚ ਜਾਣਾ ਰੁਕੋ ਮਤਾਂ ਲੇਟ ਹੋ ਜਾਏਗੇ ਫਿਰ ਕਮਰੇ ਨਹੀਂ ਮਿਲੇ ਤਾਂ ਲੱਗ ਐਨ ਲੱਗੇਗੇ ਚਲੋ ਵੀ ਮਾਰੋ ਹਿੰਮਤ ਲਾ ਲਓ ਪੱਟਾਂ ਨੂੰ ਤੇਲ ਗੌਰਵ ਨੇ ਉੱਠਣ ਲੱਗੇ ਗਾਲ ਕੱਢਣੀ ਹੁੰਦੀ ਆ ਸਾਵਧਾਨੀ ਅਸੀਂ ਸੋਚਿਆ ਤੁਹਾਨੂੰ ਸਨਸੈਟ ਦਿਖਾ ਦਈਏ ਕੀ ਕਹਿੰਦਾ ਵੀ ਸਨਸੈਟ ਪ੍ਰੋਪਰ ਸਟ੍ਰੇਟ ਲਾਈਨ ਆ ਹਾਂ ਉਹ ਕੈਮਰੇ ਨਿਕਲ ਕੇ ਕੈਪਚਰ ਕਰਨ ਦੇ ਲਈ ਐਂਡ ਮਾਹੌਲ ਲੱਗ ਚੁੱਕਿਆ ਜਮੀ ਕਿਉਂ ਸੈਮ ਹੁਣੀ ਐਂਡ ਲੱਗ ਰਿਹਾ ਸੂਰਜ ਛਿਪਦਾ ਬਸ ਗਿਰਨ ਵਾਲਾ ਹੀ ਆ ਸੂਰਜ ਚੱਲ ਪੋ ਉਹ ਦੇਖ ਲਓ ਅੱਖਾਂ ਸਾਹਮਣੇ ਹੇਠਾਂ ਹੇਠਾਂ ਆਉਂਦਾ ਦਿਖ ਰਿਹਾ ਫਾਈਨਲੀ ਸਾਡਾ ਸੂਰਜ ਦਾ ਚਲਿਆ ਗਿਆ ਹੁਣ ਚੰਦ ਪਤਾ ਨਹੀਂ ਕਿਹਦਾ ਕਿਹਦਾ ਚੜੂ ਸਾਡਾ ਤਾਂ ਵਿਚਾਰਾ ਸੂਰਜ ਚਲਿਆ ਗਿਆ ਜਿਹਦੇ ਆਸਰੇ ਅਸੀਂ ਉਰੇ ਫਿਰਦੇ ਸੀ ਉਹ ਸਾਹਮਣੇ ਦੇਖਣਾ ਹਾਂ ਸਾਰੇ ਸਨੋ ਨਾਲ ਭਰੇ ਪਏ ਨੇ ਆਹਾ ਹਾ ਨਜ਼ਾਰਾ ਆ ਗਿਆ ਐਂਡ ਮਾਹੌਲ ਐਂਡ ਗੱਲਬਾਤ ਲੱਗ ਚੁੱਕੀ ਆ ਜੀ ਐਂਡ ਖਿੱਚ ਲਓ ਫੋਟੋ ਹਨੇਰਾ ਹੋ ਚੁੱਕਿਆ ਬਸ ਲਗਭਗ ਦੋ ਤਿੰਨ ਮਿੰਟ ਦੇ ਵਿੱਚ ਅਤੇ ਬਸ ਹੋ ਚੁੱਕੀ ਆ ਅਤੇ ਰਾਸਤਾ ਐਂ ਲੱਗਦਾ ਵੀ ਆਹ ਮੁੜ ਮੁੜ ਕੇ ਖਤਮ ਹੋ ਜੂ ਪਰ ਹੋ ਹੀ ਨਹੀਂ ਰਿਹਾ ਪਰ ਵੀ ਇੱਕ ਨੰਬਰ ਆ ਦੇਖ ਲਓ ਜਿਹੜਾ ਦੇਖਣਾ ਅਗਲੀ ਵਾਰ ਆਉਣ ਦੀ ਛੇਤੀ ਕਿਸੇ ਦੀ ਹਿੰਮਤ ਨਹੀਂ ਪੈਣੀ ਆਓ ਆਉਣਾ ਚਾਹੀਦਾ ਆਏਗਾ ਅੱਗੇ ਤੋਂ ਘਰ ਆਏਗਾ ਅੱਗੇ ਤੋਂ ਸ਼ਮਸ਼ੇਰ ਜੀ ਅਗਲੀ ਵਾਰ ਆਊਂਗਾ ਬਾਕੀ ਗੱਲ ਆ ਤੁਹਾਡਾ ਸਾਥ ਮਿਲਿਆ ਤਾਂ ਜ਼ਰੂਰ ਆਵਾਂਗੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਅਤੇ ਆਹ ਸੀ ਸਾਹਮਣੇ ਧਰਮਸ਼ਾਲਾ ਜਿੱਥੇ ਆਪਾਂ ਨੂੰ ਰੁਕਣ ਨੂੰ ਮਿਲੂਗਾ ਆਹ ਸੀ ਚੂਰਦਾਰ ਮੰਦਿਰ ਆਪਣੀ ਟੀਮ ਆ ਰਹੀ ਆ ਗੌਰਵ ਜੀ ਵੀ ਆ ਗਏ ਦਿਖ ਨਹੀਂ ਰਹੇ ਹਨੇਰੇ 'ਚ ਆ ਜਾਓ ਆ ਗਏ ਪਹੁੰਚ ਗਏ ਛਾਲ ਮਾਰਤੀ ਸੀ ਮੁੰਡੇ ਨੇ ਪੈਰ ਵੱਸ ਗਿਆ
फाइनली उरे सोवांगे, दो दो कंबल मिल गए ते मुंडे पै गए। अभी तो सो जाओ असली रिव्यू कर देंगे कौन टेढ़ा मेढ़ा चलता है वही तो कह रहा हूँ खलियां पड़ेंगी कौन टाइम पे आएगा कौन नहीं आएगा। शमशेर जी ठंड की कहती है दंद तक कंबी जाते ने सुबह जाके सौन लगे हुण तां ठरे पए आ ठंड दे नाल उरे ढाबा सी ढाबे तो चाह पी के हटे आ ते नाल परौंठे मिलदे ने अंदरों मैं आपको बोलता हूँ।